ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਰਣਜੀਤ ਸਿੰਘ, ਵਿਦਿਆਰਥੀ ਦਮਦਮੀ ਟਕਸਾਲ, ਮੁੱਖ ਸੇਵਾਦਾਰ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ। ਸੋ ਕੰਗਨਾ ਰਣੌਤ ਦੇ ਵੱਲੋਂ ਲੰਬੇ ਸਮੇਂ ਤੋਂ ਸਾਡੇ ਸ਼ਹੀਦਾਂ ਯੋਧਿਆਂ ਦੇ ਖਿਲਾਫ ਤੇ ਖਾਸ ਕਰਕੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਖਿਲਾਫ ਬਕਵਾਸ ਕੀਤੀ ਜਾ ਰਹੀ ਹੈ। ਹੁਣ ਜੋ ਉਸਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਜੀ ਨੂੰ ਅੱਤਵਾਦੀ ਕਿਹਾ ਆ, ਇਹ ਗੱਲ ਹਰੇਕ ਸਿੱਖ ਨੂੰ, ਕਿਸੇ ਵੀ ਸਿੱਖ ਨੂੰ ਬਰਦਾਸ਼ਤ ਨਹੀਂ ਹੈ, ਕਿਉਂਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹ 20ਵੀਂ ਸਦੀ ਦੇ ਮਹਾਨ ਸਿੱਖ ਜਰਨੈਲਾਂ ਦੇ ਜਰਨੈਲ ਕਹਿਣੀ ਕਰਨੀ ਦੇ ਪੂਰੇ ਆ, ਜਿਨ੍ਹਾਂ ਨੇ ਪੰਥ ਅਤੇ ਪੰਜਾਬ ਦੇ ਹੱਕਾਂ ਹਕੂਕਾਂ ਤੇ ਕੌਮ ਦੀ ਆਜ਼ਾਦੀ ਦੇ ਲਈ ਆਪਾ ਵਾਰਿਆ। ਉਹ ਸਾਡੇ ਮਹਾਨ ਸ਼ਹੀਦ ਆ, ਉਹ ਅੱਤਵਾਦੀ ਨਹੀਂ, ਉਹ ਸੱਤਵਾਦੀ ਆ, ਉਹ ਸੱਚ ਦੇ ਪਹਿਰੇਦਾਰ ਆ। ਤੇ ਬੀਜੇਪੀ ਨੂੰ ਚਾਹੀਦਾ ਆ ਕਿ ਉਹ ਕੰਗਨਾ ਰਣੌਤ ਦੀ ਜ਼ੁਬਾਨ ਨੂੰ ਜਿਹੜਾ ਆ ਉਹ ਨੱਥ ਪਾਵੇ, ਉਹ ਨਾ ਹੋਵੇ ਕਿ ਫਿਰ ਸਿੱਖ ਕੰਗਨਾ ਰਣੌਤ ਦੀ ਜਿਹੜੀ ਜ਼ੁਬਾਨ ਆ ਉਹ ਖਿੱਚ ਲੈਣ। ਕੰਗਨਾ ਰਣੌਤ ਦੇ ਵੱਲੋਂ ਪਹਿਲਾਂ ਕਿਸਾਨਾਂ ਦੇ ਖਿਲਾਫ ਬਕਵਾਸ ਕੀਤੀ ਗਈ, ਫਿਰ ਇਹਦੇ ਵੱਲੋਂ ਸਿੱਖ ਧਰਮ ਦੇ ਖਿਲਾਫ ਬਕਵਾਸ ਕੀਤੀ ਗਈ, ਤੇ ਹੁਣ ਲਗਾਤਾਰ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਆ। ਕੰਗਨਾ ਰਣੌਤ ਨੂੰ ਪਤਾ ਹੋਣਾ ਚਾਹੀਦਾ ਆ ਕਿ ਸਿੱਖ ਮਨਾਂ ਦੇ ਵਿੱਚ, ਸਿੱਖ ਕੌਮ ਦੇ ਵਿੱਚ, ਪੰਜਾਬ ਦੇ ਵਿੱਚ, ਖਾਲਸਾ ਪੰਥ ਦੇ ਵਿੱਚ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਕੀ ਸਥਾਨ ਆ ਤੇ ਸਿੱਖ ਮਨਾਂ ਦੇ ਵਿੱਚ ਉਹਨਾਂ ਦਾ ਕੀ ਸਤਿਕਾਰ ਆ। ਇੰਟਰਵਿਊ ਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਵੀ ਉਹਦੇ ਵਿੱਚ 90% ਬੰਦੇ ਉਹਨਾਂ ਨੂੰ ਅੱਤਵਾਦੀ ਕਹਿੰਦੇ ਤੇ ਇੱਕ ਬੰਦਾ ਜਿਹੜਾ ਸੰਤ ਕੇ ਮੰਨਦਾ। ਕੰਗਨਾ ਰਣੌਤ ਨੂੰ ਪੰਜਾਬ ਦੇ ਵਿੱਚ ਆ ਕੇ ਦੇਖ ਲੈਣਾ ਚਾਹੀਦਾ ਆ ਕਿ ਹਰੇਕ ਸਿੱਖ ਦੇ ਦਿਲ ਦੇ ਵਿੱਚ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਚੌਂਕੜਾ ਮਾਰ ਕੇ ਬੈਠੇ ਹੋਏ ਆ। ਉਹਨਾਂ ਦਾ ਸ਼ਹੀਦੀ ਅਸਥਾਨ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਬਣ ਚੁੱਕਾ ਆ, ਸਾਡੇ ਸਭ ਤੋਂ ਧਾਰਮਿਕ ਸਥਾਨ ਦੇ ਵਿੱਚ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਤਸਵੀਰ ਲੱਗੀ ਹੋਈ ਹੈ। ਅਸੀਂ ਪੁਰਾਤਨ ਸ਼ਹੀਦਾਂ ਦੇ ਵਾਂਗ ਹੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਪੂਜਦੇ ਹਾਂ, ਉਹਨਾਂ ਦਾ ਸਤਿਕਾਰ ਕਰਦੇ ਹਾਂ ਤੇ ਉਹਨਾਂ ਦੇ ਬੋਲਾਂ ਤੋਂ ਉੱਤੋਂ ਆਪਾ ਵਾਰਨ ਨੂੰ ਜਿਹੜਾ ਆ ਤਿਆਰ ਆ। ਸੰਤ ਜਰਨੈਲ ਸਿੰਘ ਜੀ ਦੇ ਬਾਬਤ ਕੌਮ ਇੱਕ ਵੀ ਲਫ਼ਜ਼ ਸਹਿਣ ਨਹੀਂ ਕਰੇਗੀ। ਪਰ ਕਾਰਨ ਕੀ ਲੱਗਦਾ ਕਿ ਲਗਾਤਾਰ ਕੰਗਨਾ ਨੂੰ ਕਦੀ ਕਿਸਾਨਾਂ ਦੇ ਵਿਰੁੱਧ ਬੋਲਦੀ ਹੈ, ਕਦੀ ਪੰਜਾਬ ਦੇ, ਕਦੀ ਸੰਤਾਂ ਦੇ, ਪਰ ਫਿਰ ਵੀ ਕੋਈ ਕਾਰਵਾਈ ਹੁੰਦੀ ਦਿਖਾਈ ਨਹੀਂ ਦੇ ਰਹੀ? ਦੇਖੋ, ਉਹ ਹਿੰਦ ਸਟੇਟ ਦਾ ਹੀ ਇੱਕ ਟੂਲ ਆ, ਸੰਦ ਆ, ਬੀਜੇਪੀ ਨੇ ਉਹ ਛੱਡੀ ਹੋਈ ਹੈ ਕਿ ਲਗਾਤਾਰ ਸਿੱਖ ਮਨਾਂ ਨੂੰ ਠੇਸ ਪਹੁੰਚਾਵੇ। ਸਿੱਖਾਂ ਦੇ ਜਿਹੜੇ ਜ਼ਖਮ ਜੂਨ 1984 ਦੇ ਘੱਲੂਘਾਰੇ ਵਿੱਚ ਲੱਗੇ, ਬਾਰ ਬਾਰ ਉਹਨਾਂ ਜ਼ਖਮਾਂ ਨੂੰ ਜਿਹੜਾ ਆ ਉਹ ਸੇਕ ਦਿੱਤਾ ਜਾਂਦਾ ਆ, ਇਹਨਾਂ ਵੱਲੋਂ ਜਿਹੜਾ ਛੇੜਿਆ ਜਾਂਦਾ ਆ, ਸਾਡੇ ਮਨਾਂ ਨੂੰ ਜਿਹੜੀ ਪੀੜ ਜਿਹੜੀ ਆ ਉਹ ਦਿੱਤੀ ਜਾ ਰਹੀ ਆ। ਸੋ ਇਹ ਸਾਡਾ ਕਰੰਟ ਜਿਹੜਾ ਆ ਉਹ ਦੇਖਣਾ ਚਾਹ ਰਹੇ ਆ ਬਾਰ ਬਾਰ। ਪਰ ਕੰਗਨਾ ਰਣੌਤ ਨੂੰ ਇਹ ਧਿਆਨ ਦੇਣਾ ਚਾਹੀਦਾ ਆ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਅੱਤਵਾਦੀ ਨਹੀਂ, ਤੂੰ ਜਿਹਦੀ ਫਿਲਮ ਬਣਾ ਰਹੀ ਆ ਐਮਰਜੈਂਸੀ ਇੰਦਰਾ ਗਾਂਧੀ, ਉਹ ਅੱਤਵਾਦੀ ਜ਼ਰੂਰ ਸੀ, ਕਿਉਂਕਿ ਉਸੇ ਹੀ ਇੰਦਰਾ ਗਾਂਧੀ ਅੱਤਵਾਦਣ ਨੇ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ, ਫੌਜਾਂ ਚਾੜੀਆਂ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੋਲੀਆਂ ਮਾਰੀਆਂ, ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਲੁੱਟਿਆ, ਤੋਸ਼ਾਖਾਨਾ ਸਾੜਿਆ, ਦੁੱਧ ਪੀਂਦੇ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ ਗਿਆ, ਸਾਡੇ ਝੂਠੇ ਪੁਲਿਸ ਮੁਕਾਬਲੇ ਕੀਤੇ ਗਏ। ਤੋ ਇਹਦੇ ਤੋਂ ਅੰਦਾਜ਼ਾ ਤੇ ਹਰ ਬੰਦਾ ਲਾ ਸਕਦਾ ਆ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਤੇ ਜਾਂ ਇੰਦਰਾ ਗਾਂਧੀ ਜਿਹੜੀ ਆ ਉਹ ਅੱਤਵਾਦੀ ਸੀ। ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਫੌਜਾਂ ਚੜ੍ਹ ਕੇ ਅੱਤਵਾਦ ਮਚਾਇਆ ਸੀ। ਪਰ ਖਾਲਸਾ ਜੀ ਉਹਨਾਂ ਨੇ ਇੰਟਰਵਿਊ ਤੇ ਇਹ ਵੀ ਕਿਹਾ ਵੀ ਸੰਤ ਜੇ ਮੰਨਦੇ ਹੋ ਤੇ ਉਹ AK-47 ਕਿਉਂ ਰੱਖੇ? ਦੇਖੋ, ਜੇ ਤੇ ਕੰਗਨਾ ਰਣੌਤ ਇਹ ਗੱਲ ਕਰਦੀ ਹੈ ਕਿ ਸੰਤ ਜਰਨੈਲ ਸਿੰਘ ਜੇਕਰ ਸੰਤ ਆ ਤੇ ਉਹਨਾਂ ਨੇ AK-47 ਕਿਉਂ ਰੱਖੀ, ਹਥਿਆਰ ਕਿਉਂ ਰੱਖੇ? ਜੇਕਰ ਹਥਿਆਰਾਂ ਦੀ ਗੱਲ ਕਰਦੀ, ਹਥਿਆਰ ਤਾਂ ਸਾਡੇ ਗੁਰੂਆਂ ਨੇ ਵੀ ਰੱਖੇ ਸੀ, 6ਵੇਂ ਪਾਤਸ਼ਾਹ ਜੀ ਨੇ,
ਚਾਰ ਜੰਗਾਂ ਲੜੀਆਂ, ਦਸਵੇਂ ਪਾਤਸ਼ਾਹ ਜੀ ਨੇ 14 ਜੰਗਾਂ ਲੜੀਆਂ, ਸਾਰੀਆਂ ਫਤਿਹ ਕੀਤੀਆਂ। ਇਹ ਹਥਿਆਰ ਰੱਖਣ ਦਾ ਹੁਕਮ ਸਾਡੇ ਗੁਰੂਆਂ ਨੇ ਸਾਨੂੰ ਦਿੱਤਾ ਆ ਕਿ ਜਦੋਂ ਸਾਡੇ ਦਰਸ਼ਨ ਵੀ ਕਰਨ ਆਉਣਾ ਨਾ ਗੁਰੂ ਸਾਹਿਬਾਨਾਂ ਦਾ ਹੁਕਮ ਆ, ਤੇ ਸਿੱਖ ਨੇ ਸ਼ਸਤਰਧਾਰੀ ਹੋ ਹੋ ਕੇ ਆਉਣਾ ਆ। ਜਬ ਹਮਰੇ ਦਰਸ਼ਨ ਕੋ ਆਵੋ ਬਨ ਸਚੇਤ ਤਨ ਸ਼ਸਤਰ ਸਜਾਵੋ, ਇਹ ਗੁਰਬਾਣੀ ਸਾਡਾ ਸਿਧਾਂਤ ਆ, ਇਤਿਹਾਸ ਆ। ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸਾਡੇ ਗੁਰੂਆਂ ਦੇ ਸ਼ਹੀਦਾਂ ਯੋਧਿਆਂ ਦੇ ਸ਼ਸਤਰ ਸੁਭਾਈਮਾਨ ਆ, ਸਾਡੇ ਤੇ ਗੁਰੂਆਂ ਨੇ ਵੀ ਜਿਹੜੇ ਸ਼ਸਤਰ ਆ ਉਹ ਰੱਖੇ ਸੀ। ਤੇ ਜੇਕਰ ਇਹ ਗੱਲ ਕਰਦੀ ਹੈ ਕਿ ਸ਼ਸਤਰ ਰੱਖਣ ਦੇ ਨਾਲ ਸੰਤ ਨਹੀਂ ਹੋ ਸਕਦਾ, ਫਿਰ ਤੁਸੀਂ ਇਹ ਦੇਖੋ ਕਿ ਹਿੰਦੂ ਧਰਮ ਦੇ ਵਿੱਚ ਜਿਨ੍ਹਾਂ ਨੂੰ ਭਗਵਾਨ ਕਰਕੇ ਪੂਜਿਆ ਜਾਂਦਾ ਆ, ਸ੍ਰੀ ਰਾਮ ਚੰਦਰ ਜੀ ਨੇ ਵੀ ਸ਼ਸਤਰ ਰੱਖੇ ਸੀ, ਸ੍ਰੀ ਕ੍ਰਿਸ਼ਨ ਜੀ ਨੇ ਵੀ ਸ਼ਸਤਰ ਰੱਖੇ ਸੀ, ਇਸੇ ਤਰ੍ਹਾਂ ਸ਼ਿਵ ਜੀ ਦੇ ਕੋਲ ਵੀ ਤ੍ਰਿਸ਼ੂਲ ਆ, ਇਸੇ ਤਰ੍ਹਾਂ ਦੁਰਗਾ ਦੇਵੀ ਹੋਰ ਜਾਂ ਜਿੰਨੇ ਦੇਵੀ ਦੇਵਤੇ ਜਿਨ੍ਹਾਂ ਨੂੰ ਹਿੰਦੂ ਧਰਮ ਦੇ ਵਿੱਚ ਬੜੇ ਸਤਿਕਾਰ ਦੇ ਨਾਲ ਭਗਵਾਨ ਕਹਿ ਕੇ ਪੂਜਿਆ ਜਾਂਦਾ, ਤੇ ਜੇਕਰ ਸ਼ਸਤਰਾਂ ਵਾਲਿਆਂ ਨੂੰ ਭਗਵਾਨ ਕਿਹਾ ਜਾ ਸਕਦਾ ਆ, ਤੇ ਫਿਰ AK-47 ਵਾਲੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਸੰਤ ਕਿਉਂ ਨਹੀਂ ਕਿਹਾ ਜਾ ਸਕਦਾ? ਸਿੱਖ ਕੌਮ ਦੇ ਵਿੱਚ ਦੇਗ ਤੇਗ ਦਾ ਸਿਧਾਂਤ, ਬਾਣੀ ਬਾਣੀ ਦਾ ਸਿਧਾਂਤ, ਸ਼ਸਤਰ ਅਤੇ ਸ਼ਾਸਤਰ ਦਾ ਜਿਹੜਾ ਸਿਧਾਂਤ ਆ ਉਹ ਗੁਰੂ ਸਾਹਿਬਾਨਾਂ ਨੇ ਸਾਨੂੰ ਬਖਸ਼ਿਸ਼ ਕੀਤਾ ਹੋਇਆ ਆ। ਐਮਰਜੈਂਸੀ ਫਿਲਮ ਨੂੰ ਲੈ ਕੇ ਕਾਫੀ ਵਿਰੋਧ ਹੋਇਆ, ਸੈਂਸਰ ਬੋਰਡ ਨੇ ਰੋਕੀ ਵੀ, ਹੁਣ ਲਗਾਤਾਰ 4 ਸੀਨ ਕਰਕੇ ਉਹ ਫਿਰ ਫਿਲਮਾਂ ਘਰਾਂ ਚ ਰਿਲੀਜ਼ ਹੋ ਰਹੀ ਹੈ, ਉਹਦੇ ਬਾਰੇ ਦੇਖੋ। ਸਿੱਖ ਨੌਜਵਾਨਾਂ ਦੇ ਵੱਲੋਂ, ਸਿੱਖ ਕੌਮ ਦੇ ਵੱਲੋਂ ਪੂਰਾ ਰੋਹ ਜਤਾਇਆ ਜਾਵੇਗਾ, ਇਹ ਫਿਲਮ ਪੰਜਾਬ ਦੇ ਵਿੱਚ ਨਹੀਂ ਚੱਲਣ ਦਿੱਤੀ ਜਾਵੇਗੀ, ਕਿਉਂਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਛਵੀ ਵਿਗਾੜਨ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਜਾ ਰਹੀ ਆ, ਤੇ ਸਾਡੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਦਾ ਰੋਲ ਆ ਉਹ ਅਸੀਂ ਕਿਸੇ ਵੀ ਮਨੁੱਖ ਨੂੰ ਜਿਹੜਾ ਆ ਉਹ ਨਹੀਂ ਕਰਨ ਦੇਵਾਂਗੇ, ਕਿਉਂਕਿ ਸੰਤ ਜਰਨੈਲ ਸਿੰਘ ਜੀ ਇੱਕ ਰੂਹਾਨੀ ਅਤੇ ਜਰਨੈਲੀ ਸ਼ਖਸੀਅਤ ਸਨ, ਉਹਨਾਂ ਦਾ ਰੋਲ ਕਰਨ ਦੀ ਕਿਸੇ ਨੂੰ ਵੀ ਆਗਿਆ ਨਹੀਂ ਆ। ਸੋ ਕੰਗਨਾ ਰਣੌਤ ਜਿਹੜੀਆਂ ਹਰਕਤਾਂ ਕਰ ਰਹੀ ਹੈ ਉਹ ਆਪਣੀਆਂ ਹਰਕਤਾਂ ਤੋਂ ਬਾਅਦ ਆ ਜਾਵੇ, ਕਿਉਂਕਿ ਜੇਕਰ ਇਹ ਗੱਲ ਕਰਦੇ ਆ ਕਿ ਦਰਬਾਰ ਸਾਹਿਬ ਉੱਤੇ ਹਮਲਾ ਹੋਇਆ ਤੇ ਤਾਂ ਕਰਕੇ ਸੰਤ ਜਰਨੈਲ ਸਿੰਘ ਅੱਤਵਾਦੀ ਸੀ ਕਿਉਂਕਿ ਉਹਨਾਂ ਕਰਕੇ ਹਮਲਾ ਕਰਨਾ ਪਿਆ, ਆ ਹੁਣ ਤਾਂ ਰਵਨੀਤ ਬਿੱਟੂ ਵੀ ਉਹ ਰਾਹੁਲ ਗਾਂਧੀ ਨੂੰ ਅੱਤਵਾਦੀ ਕਹੀ ਜਾ ਰਿਹਾ ਆ, ਤੇ ਫਿਰ ਰਾਹੁਲ ਗਾਂਧੀ ਦਾ ਬੀਜੇਪੀ ਨੇ ਘਰ ਜਾ ਕੇ ਕਦੋਂ ਢਾਉਣਾ ਆ, ਰਾਹੁਲ ਗਾਂਧੀ ਨੂੰ ਕਦੋਂ ਮਾਰਨਾ, ਪਹਿਲਾਂ ਆਪਾਂ ਉਹ ਜਵਾਬ ਦੇਣ। ਦੂਜੀ ਗੱਲ ਸੰਤ ਤੱਕ ਦੀ ਗੱਲ ਆ ਗਈ ਹੈ ਜੀ, ਦੇਖੋ ਰਾਹੁਲ ਗਾਂਧੀ ਦੇ ਵੇਲੇ ਜਿਹੜਾ ਪਰਚਾ ਭਾਵੇਂ ਹੋ ਜਾਵੇ ਰਵਨੀਤ ਬਿੱਟੂ ਦੇ ਉੱਤੇ, ਪਰ ਜਦੋਂ ਸੰਤ ਜਰਨੈਲ ਸਿੰਘ ਜੀ ਦੇ ਖਿਲਾਫ ਕਿਸੇ ਵੱਲੋਂ ਬਕਵਾਸ ਕੀਤੀ ਜਾਂਦੀ ਹੈ ਉਦੋਂ ਸਰਕਾਰ ਪਰਚਾ ਵੀ ਨਹੀਂ ਕੱਟਦੀ, ਕਿਉਂਕਿ ਇਹ ਸਰਕਾਰੀ ਟੂਲ ਸਰਕਾਰ ਨੇ ਆਪ ਹੀ ਜਿਹੜੇ ਆ ਉਹ ਛੱਡੇ ਹੁੰਦੇ ਆ ਤਾਂ ਜੋ ਸਿੱਖਾਂ ਨੂੰ ਜਿਹੜੇ ਜ਼ਖਮ ਆ ਉਹ ਦਿੱਤੇ ਜਾਣ। ਦੇਖੋ SGPC ਹੋਵੇ ਚਾਹੇ ਸਾਡੀਆਂ ਸਾਰੀਆਂ ਸੰਪਰਦਾਵਾਂ ਜਥੇਬੰਦੀਆਂ, ਉਹਨਾਂ ਨੂੰ ਇਹਦੇ ਖਿਲਾਫ ਆਵਾਜ਼ ਵੀ ਚੁੱਕਣੀ ਚਾਹੀਦੀ ਆ ਤੇ ਸਖਤ ਜਿਹੜਾ ਐਕਸ਼ਨ ਆ ਉਹ ਵੀ ਲੈਣਾ ਚਾਹੀਦਾ, ਕਿਉਂਕਿ ਜੇਕਰ ਅਸੀਂ ਚੁੱਪ ਰਹੇ ਤੇ ਸਾਡੀ ਜਿਹੜੀ ਚੁੱਪੀ ਆ ਉਹ ਫਿਰ ਖਤਰਨਾਕ ਹੋ ਜਾਵੇਗੀ, ਇਹ ਲੋਕ ਹੋਰ ਵੀ ਜਿਹੜੇ ਆ ਉਹ ਅਗਾਂਹ ਵੱਧ ਸਕਦੇ ਆ। ਬੀਜੇਪੀ ਨੂੰ ਖਾਸ ਕਰਕੇ ਚਾਹੀਦਾ ਆ ਕਿ ਉਹ ਕੰਗਨਾ ਰਣੌਤ ਨੂੰ ਨੱਥ ਪਾ ਦੇਵੇ, ਜੇਕਰ ਕਿਸੇ ਸਿੱਖ ਨੌਜਵਾਨ ਨੇ ਜਜ਼ਬਾਤੀ ਹੋ ਕੇ ਕੋਈ ਐਕਸ਼ਨ ਕਰ ਦਿੱਤਾ ਤੇ ਬਾਅਦ ਵਿੱਚ ਜੋ ਸਾਰੇ ਮੀਡੀਆ ਨੇ ਰੋਲਾ ਪਾਉਣਾ ਆ, ਇਸ ਤੋਂ ਪਹਿਲਾਂ ਹੀ ਚਾਹੀਦਾ ਆ ਕਿ ਸਰਕਾਰ ਉਹਨੂੰ ਪਹਿਲਾਂ ਹੀ ਜਿਹੜਾ ਨਾਥੀ ਆ ਉਹ ਪਾਵੇ। ਸੰਗਤ ਨੂੰ ਕੀ ਅਪੀਲ ਹੈ? ਸੰਗਤ ਨੂੰ ਇਹੀ ਅਪੀਲ ਆ ਕਿ ਜਿਹੜੇ ਜਿਹੜੇ ਵੀ ਸਾਡੇ ਗੁਰੂ ਸਾਹਿਬਾਨਾਂ ਸ਼ਹੀਦਾਂ ਯੋਧਿਆਂ ਦੇ ਖਿਲਾਫ ਬਕਵਾਸ ਕਰਦੇ ਆ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਜਿਹੜਾ ਐਕਸ਼ਨ ਆ ਆਪੋ ਆਪਣੀ ਜ਼ਿੰਮੇਵਾਰੀ ਸਮਝ ਕੇ ਜਿਹੜਾ ਆ ਉਹ ਲਿਆ ਜਾਵੇ। ਸੰਤ ਜਰਨੈਲ ਸਿੰਘ ਜੀ ਸਾਡੇ ਹਿਰਦਿਆਂ ਦੇ ਵਿੱਚ ਵਸੇ ਹੋਏ ਆ, ਸੋ ਉਹਨਾਂ ਖਿਲਾਫ ਅਸੀਂ ਕੋਈ ਵੀ ਜਿਹੜੀ ਟਿੱਪਣੀ ਬਰਦਾਸ਼ਤ ਨਹੀਂ ਕਰ ਸਕਦੇ।